सत्त तो हथी नहीं चलिया टेंट से मुंडे ने खोलिया साड़ा जी नहीं करता सी आपका घर आप पाके ढाना बहुत औखा हूँ जो असं उतो चले हाँ जेडे इतने साडे कोल रोज लंगर रोटियां छकदे ते रोंदियां नूं छड्ड के आए आपका परिवार भी नहीं इस लोट रोंदा जिवें उन्हां नूं छड्ड के आए सी रोंदियां नूं ਤਾਂ ਇਹ ਸਾਡੇ ਪਾਸ ਤਾਂ ਇਹ ਸਹਿਰ ਉੱਜੜ ਗਿਆ ਘਰ ਬੰਨਿਆ ਹੁਣ ਦੇੜਨ ਵੇਲੇ ਕਹਿੰਦਾ ਰੋਣ ਨਿਕਲਦਾ ਸੀ ਸਾਡਾ ਬਹੁਤ ਰੋਣ ਨਿਕਲਿਆ ਬਸ ਦੱਸ ਹੀ ਨਹੀਂ ਸਕਦਾ ਹੁਣ ਵੀ ਜੀ ਨਹੀਂ ਕਰਦਾ ਜਾਣ ਨੂੰ ਤਾਂ ਐ ਦੂਆ ਤਾਂ ਚੰਡੀਗੜ੍ਹ ਜਾਵਾਂਗੇ ਫਿਰ ਤਾਂ ਧਰਨਾ ਲਾਉਣਾ ਕਾਲਾ ਲਾ ਕੇ ਦੇਖਤਾ ਥੱਲੇ ਹਾਂ ਛੱਡਤਾ ਫਿਰ ਤਾਂ ਥੱਲੇ ਐਨੇ ਡਾਂਗਾ ਤੋਂ ਕਿੱਥੇ ਵੱਜਦਾ ਹੈ ਡਾਂਗਾ ਵਾਲੀਆਂ ਤੇ सत श्री अकाल आर एम बी टैलीविजन देख रहे हो तुसी मैं हाँ जस करेवाल मेरे नाल मनिंदर जी सिद्धू लोकवाल टी वी तो अज किसानां दा मार्च निकलना किसान चौंक ते इस वेले मौजूद हाँ थोड़ी देर दे विच किसानां दा मार्च जिहड़ा अपने घरां वल जाना आ बुलंद हौसलियां दे नाल जित दे नाल जाना आ ठंड दा माहौल आ बापू उरे अग बाली बैठे बापू किवें दा लगदा फिर अज जित के चले आ बहुत खुश है जी बहुत जदों आए सी उदों लगदा सी कि साल बाद जित के इस हौसले नाल नाल जावांगे जां इन्ना लम्मा होजू सोचिया सी सोचिया सी लम्मा हो सकदा सी 24 तक जी हां 24 तक बैठदे हौसले दा 24 तक दे बुलंद सी हुण वी जी नहीं करदा जाण नूं तां जाण नूं जी नहीं करदा जदों टेंट टुंड पट्टिया गिरां तक जी नाम हुंदी होणी आ बई यार आ सत्त तां हथी नहीं चलिया टेंट ते मुंडे ने खोलिया साडा जी नहीं करदा सी क्योंकि हथ क्यों नहीं चलिया बापू आपदा घर आपा के ढाउणा बहुत औखा हाय 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 क्या बात है पहला आही हथां नाल बनाया हुण आही हथां नाल ढाउंदे बनाया बड़ा मेहनत नाल सी पर इक गल तां हैगी आ जिहड़ा पट के लै के चले आ जित के पट के लैके चले आ ये तां बहुत वड्डी गल है बहुत वड्डी गल है जी जित के लिए उरोज जित के हां जल्लू बाद वड्डी गल वड्डी गल है ਹੁਣ ਜਦੋਂ ਬਾਪੂ ਜੀ ਬਰਾਹ ਰਹਾ ਤੋਂ ਲੰਘਿਆ ਕਰੋਗੇ ਯਾਦ ਆਇਆ ਕਰਨੀ ਵੈਸੇ ਘਰ ਹੁੰਦਾ ਹੀ ਸਾਡਾ ਹੋਰ ਜਾ ਤਾਂ ਹੁੰਦਾ ਆਇਆ ਕਰੂ ਜੀ ਹੋਰ ਹੈ ਘਰ ਇੱਥੇ ਸਾਡੇ ਘਰ ਲੈ ਕੇ ਧਰਤੀ ਮਾਤਾ ਨੂੰ ਲੱਖ ਲੱਖ ਨਮਸਕਾਰ ਕਰੀ ਰਾਤ ਵੀ ਤਾਂ ਸਾਡੀ ਬੜੀ ਸਾਲ ਪਰ ਹਾਂ ਰਾਤਾਂ ਗੁਜ਼ਾਰੀਆਂ ਤੇਰੇ ਉੱਤੇ ਪੈ ਕੇ ਹਾਂ ਵੀ ਵੱਡੀ ਗੱਲ ਆ ਉਹ ਹਕੂਮਤ ਢਾਲੀ ਜਿਹੜੀ ਕਹਿੰਦੇ ਆ ਕਦੇ ਮੁੜਦੀ ਨਹੀਂ ਹੁੰਦੀ ਆਪਾਂ ਤਾਂ ਮੋੜ ਲਈ ਕਾਲਾ ਨਾਗ ਕਾਲਾ ਲਾਗ ਦੇਖਤਾ ਥੱਲੇ ਹਾਂ ਛੱਡਤਾ ਫਿਰ ਤਾਂ ਥੱਲੇ ਇੰਨੇ ਡਾਂਗਾ ਤੋਂ ਕਿੱਥੇ ਵੱਜਦਾ ਹੈ ਡਾਂਗਾ ਵਾਲੀਆਂ ਤੀਆਂ ਹੁਣ ਤਾਂ ਫਿਰ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਦੱਸਿਆ ਕਰਾਂਗੇ ਵੀ ਅਸੀਂ ਜੰਗ ਲੜੀ ਸੀ ਤੇ ਜਿੱਤ ਕੇ ਆਏ ਸੀ ਸ਼ਾਂਤਮਈ ਜਮਾ ਜੀ ਸ਼ਾਂਤਮਈ ਜਮਾ ਸ਼ਾਂਤਮਈ ਕੋਈ ਕਿਸੇ ਨਾਲ ਆਪ ਚ ਪਿਆਰ ਸਾਰੇ ਭਾਈਆਂ ਦਾ ਹਾਂ ਕਿਸੇ ਨੇ ਅੱਧੀ ਰੋਟੀ ਖਾ ਲਈ ਕਿਸੇ ਨੇ ਇੱਕ ਖਾ ਲਿਆ ਇਕੱਠੇ ਖਾਂਦੇ ਰਹੇ ਫੇਰਾ ਫੇਰਾਂ ਤਾਂ ਬਹੁਤ ਚੱਲੀਆਂ ਬਾਪੂ ਬਹੁਤਿਆਂ ਨੇ ਢਾਉਣ ਦੀ ਕੋਸ਼ਿਸ਼ ਕੀਤੀ ਅੱਡੀਆਂ ਮੋਟੀਆਂ ਰਫਲਾਂ ਦਿਖਾਈਆਂ ਮੋਦੀ ਨੇ ਪੁਲਿਸ ਦੀ ਆਹ ਲਾਲਾ ਯਾਰ ਬਾਪੂ ਦਾ ਹੋ ਜਾ ਦਿਖਾ ਦੇ ਹੋਰ ਹਾਂ ਹੁਣ ਸੱਟਾ ਕੰਮ ਹੁਣ ਓਕੇ ਆ ਤੇਰੇ ਪਿੰਡ ਵਾਲਿਆਂ ਨੂੰ ਵੀ ਪਤਾ ਲੱਗ ਜੂ ਹਾਂਜੀ ਠੀਕ ਆ ਪਿੰਡ ਵਾਲਿਆਂ ਨੂੰ ਹਾਂ ਹੁਣ ਦੱਸਵਾ ਹੀਰਾ ਫੇਰਾਂ ਦਾ ਬਹੁਤ ਬਾਪੂ ਚੱਲੀਆਂ ਹਨ ਬਹੁਤ ਚੱਲੀਆਂ ਜੀ ਬਹੁਤ ਚੱਲੀਆਂ ਬਹੁਤਿਆਂ ਨੇ ਢਾਉਣ ਦੀ ਕੋਸ਼ਿਸ਼ ਬਹੁਤਿਆਂ ਨੇ ਕਰੀ ਵੱਡੀਆਂ ਰਫਲਾਂ ਦਿਖਾਈਆਂ ਵੀ ਡਰਨਗੇ ਜਵਾਕ ਨੇ ਹਾਂ ਪਰ ਡਰਦੇ ਕਰਨੇ ਸਿੰਘ ਹਾਂ ਡਰਦੇ ਨਹੀਂ ਹੁੰਦੇ ਜਿੱਤਣਾਂ ਦੀਆਂ ਡਰਾਂ ਤੋਂ ਜਿੱਤ ਕੇ ਮੁੜਦੇ ਜਮਾ ਜਿੱਤ ਕੇ ਅੱਛਾ ਬਾਈ ਤੂੰ ਆ ਜਾਓ ਤੁਸੀਂ ਕਹਿੰਦੇ ਸੀ ਮੈਂ ਦਸਾਂ ਦਿਨਾਂ ਬਾਅਦ ਗੇੜਾ ਮਾਰਿਆ ਕਰੂੰ ਬਾਈ ਮੈਂ ਦਸਵੇਂ ਦਿਨ ਗੇੜਾ ਮਾਰਿਆ ਕਰੂੰ ਪਿੰਡ ਕਾਈ ਮੌਜੋ ਦਾ ਪ੍ਰਧਾਨ ਹੈ ਜਥੇਬੰਦੀ ਡਕਾਉਂਦਾ ਬੀਜੇਯੂ ਡਕਾਉਂਦਾ ਦਸਵੇਂ ਦਿਨ ਇੱਥੇ ਗੇੜਾ ਮਾਰਿਆ ਕਰੂੰ ਮੈਂ ਕੀ ਗੱਲ ਆ ਕਿਤੇ ਐ ਨਾ ਹੋਵੇ ਅੱਜ ਜੋਹ ਜੇ ਚ ਕਹੀ ਜਾਵੇ ਮੁੜ ਕੇ ਉਹ ਕੰਮ ਹੋ ਜੇ ਨਾ 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 ਮੈਨੂੰ ਸਾਲ ਭਰ ਚੋਂ 1 ਮਹੀਨਾ ਛੁੱਟੀ ਮਾਰੀ ਆ ਮੈਂ ਅੱਛਾ ਹਾਂ ਤਾਂ ਪੂਰੇ 26 ਨਵੰਬਰ 25 ਨਵੰਬਰ ਤੋਂ ਹੁਣ ਤੱਕ ਇੱਥੇ ਆ ਘਰ 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 ਬਣਾ ਕੇ ਦੇੜ ਕੇ ਰੋਣ ਨਿਕਲਦਾ ਸੀ ਜਦੋਂ ਘਰ ਬੰਨਿਆ ਹੁਣ ਦੇੜਨ ਵੇਲੇ ਕਹਿੰਦਾ ਰੋਣ ਨਿਕਲਦਾ ਸੀ ਸਾਡਾ ਕਿਵੇਂ ਕਿਵੇਂ ਯਾਰ ਕਿਵੇਂ ਉਹ ਰੋਹ ਕਰੇ ਹੋਣਗੇ ਬਹੁਤ ਰੋਣ ਨਿਕਲਿਆ ਬਸ ਦੱਸ ਹੀ ਨਹੀਂ ਸਕਦਾ ਮੋਦੀ ਦਾ ਜਮਾ ਧੌਣ ਮਰੋੜ ਕੇ ਮਾਨਸ ਤੇ ਆ ਕੇ ਥੱਲੇ ਫੇਰ ਜਿੱਤ ਪ੍ਰਾਪਤ ਕਰੀ ਗਏ ਇਹ 10ਵੇਂ ਗੁਰੂਆਂ ਦੀ ਦੇ ਲਾਲੜੀ ਫੌਜਾਂ ਸੀ ਤੇ ਸਾਂਝਾਂ ਤਾਂ ਬੜੀਆਂ ਬਣਾ ਕੇ ਲੈ ਗਏ ਆਪਾਂ ਰਾਜਸਥਾਨ ਵਾਲੇ ਹਰਿਆਣੇ ਵਾਲੇ ਉੱਧਰ ਜਾ ਕੇ ਯੂਪੀ ਵਾਲਿਆਂ ਨੂੰ ਵੀ ਮਿਲੇ ਹਨਾ ਹਾਂ ਬਹੁਤ 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 ਕੁਝ ਮਿਲਿਆ ਬਾਬੇ ਨਾਨਕ ਦੀ ਕਿਰਪਾ ਨਾਲ ਬਹੁਤ ਬਹੁਤ ਇਹ ਜਿਹੜਾ ਮੋਦੀ ਸੀਗਾ ਮੋਦੀ ਸ਼ੇਰਾਂ ਤੋਂ ਡਰਿਆ ਸ਼ੇਰਾਂ ਤੋਂ ਗਿੱਦੜਾਂ ਜਾਂ ਡਾਰਾਂ ਤੋਂ ਨਹੀਂ ਡਰਦੇ ਸਿੰਘ ਸ਼ੇਰਾਂ ਤੋਂ ਕਿ ਬੱਬਰ ਸ਼ੇਰਾਂ ਤੋਂ ਬੱਬਰ ਸ਼ੇਰਾਂ ਤੋਂ ਬੱਬਰ ਸ਼ੇਰਾਂ ਜੰਗਲਾਂ ਜੰਗਲਾਂ 'ਚ ਰਹਿਣ ਵਾਲੇ ਆਪਾਂ ਬੱਬਰ ਸ਼ੇਰ ਆ ਇਹ ਗੁਰੂਆਂ ਦੀ ਦੇਣ ਹੈ ਆਪਣੀ ਗੁਰੂਆਂ ਦੀ ਪੱਗ ਆ ਕੇਸ ਆ ਸਾਰਾ ਕੁਝ ਗੁਰੂਆਂ ਨੇ ਦਿੱਤਾ ਆਪਾਂ ਨੂੰ ਬਾਪੂ ਕਿਵੇਂ ਲੱਗਦਾ ਫਿਰ ਜਿੱਤ ਕੇ ਚੱਲੇ ਆ ਹਾਂਜੀ ਜਿੱਤ ਕੇ ਕਿਵੇਂ ਲੱਗਦਾ ਵਧੀਆ ਠੀਕ ਆ ਹੈ ਠੀਕ ਆ ਠੀਕ ਲੱਗਦਾ ਓਕੇ ਆ ਕੰਮ ਜੀ ਕਰਦਾ ਜਾਣ ਨੂੰ ਕਿ ਨਹੀਂ ਕਰਦਾ ਨਾ ਜਾਣ ਦਾ ਜਿਵੇਂ ਜੀ ਕਰਦੇ ਆ ਬਹੁਤ ਜ਼ੋਰ ਸੀ ਆ ਪੈਂਦਾ ਫਿਰ 2-4 ਦੇਣਾ ਉਹ ਇੱਕ ਬਰੇ ਰਹਾਂਗਾ ਚ ਹਾਂ ਛੱਡ ਦਿੰਦੇ ਆ ਝੋਂਪੜੀ ਤੇਰੀ ਖਾਤਰ ਉਹ ਢਾਲਿਆ ਹਾਂ ਢਾਲਿਆ ਢਾਲੇ
ਬਾਪੂ ਜੀ ਕਿਵੇਂ ਲੱਗਦਾ ਜਿੱਤ ਕੇ ਅੱਜ ਵਾਪਸੀ ਪਿੰਡਾਂ ਵੱਲ ਨੂੰ ਆਪਣੇ ਘਰਾਂ ਵੱਲ ਨੂੰ ਵਾਪਸੀ ਆ ਕਿਵੇਂ ਲੱਗਦਾ ਬਹੁਤ ਵਧੀਆ ਲੱਗਦਾ ਜੀ ਸਾਨੂੰ ਅਸੀਂ ਜਦੋਂ ਚੱਲੇ ਸੀ ਅਰਦਾਸ ਕਰਕੇ ਚੱਲੇ ਸੀ ਵੀ ਜਿੰਨਾ ਚਿਰ ਇਹ ਮੋਰਚਾ ਫਤਿਹ ਨਹੀਂ ਹੁੰਦਾ ਚਾਹੇ 6 ਮਹੀਨੇ ਲੱਗ ਜਾਣ ਸਾਲ ਲੱਗ ਜਾਣ ਚਾਹੇ 5 ਸਾਲ ਲੱਗ ਜਾਣ ਇੱਥੇ ਤੱਕ ਅਰਦਾਸ ਕਰਕੇ ਚੱਲੇ ਸੀ ਉਹ ਪ੍ਰਮਾਤਮਾ ਨੇ ਸਾਡੀ ਅਰਦਾਸ ਪੂਰੀ ਕਰਤੀ ਸਾਨੂੰ ਬਹੁਤ ਖੁਸ਼ੀ ਹੈ ਅਸੀਂ ਸਾਰੀ ਦੁਨੀਆ ਨੂੰ ਇਸ ਦੀ ਵਧਾਈ ਦਿੰਦੇ ਹਾਂਗੇ ਕਿਉਂਕਿ ਅਸੀਂ ਜਿਹੜੇ ਲੋਕ ਕਹਿੰਦੇ ਸੀ ਵੀ ਮੋਦੀ ਝੁਕਦਾ ਨਹੀਂ ਅੱਜ ਅਸੀਂ ਉਸ ਮੋਦੀ ਨੂੰ ਝੁਕਾਇਆ ਹੈ ਆਜੋ ਭਾਈ ਆਜੋ ਇੱਧਰ ਆਜੋ ਸੋ ਇਦਾਂ ਦੇ ਯੋਧੇ ਵੀ ਇੱਥੇ ਮਨਿੰਦਰ ਇਦਾਂ ਦੇ ਯੋਧੇ ਵੀ ਆ ਜਿਵੇਂ ਆਪਾਂ ਕੱਲ ਪਰਸੋਂ ਦੇ ਕਵਰ ਅੰਦਰ ਕਰੇ ਆ ਕਿ ਯਾਰ ਜਿਹੜੇ ਇੱਕ ਇੱਕ ਦਿਨ ਨਹੀਂ ਗਏ ਜਿਵੇਂ ਬਾਈ ਹੋਰੇ ਦੱਸ ਰਹੇ ਆ ਆਹ ਬਾਈ ਨੇ ਬਾਪੂ ਨੇ ਮਤਲਬ ਸਾਲ ਦੇ ਵਿੱਚੋਂ ਕਦੇ ਗਏ ਹੀ ਨਹੀਂ ਇੱਥੇ ਤਾਂ ਬਾਪੂ ਜੀ ਇੱਥੇ ਦੇ ਇੱਥੇ ਹੀ ਹੋ ਇੱਧਰ ਨੂੰ ਮੂੰਹ ਕਰ ਲਈਏ ਕੈਮਰੇਮੈਨ ਨੂੰ ਇੱਧਰ ਨੂੰ ਇੱਥੇ ਦੇ ਇੱਥੇ ਹੀ ਹੋ ਹਾਂਜੀ ਹਾਂ ਅਤੇ ਫਿਰ ਅੱਜ ਤਾਂ ਹੁਣ ਮੈਨੂੰ ਲੱਗਦਾ ਬਾਪੂ ਯਾਰ ਅੰਦਰੋਂ ਦੁਖੀ ਜਿਹਾ ਲੱਗਦਾ ਜਾਣ ਲੱਗਿਆ ਹੋਰ ਜੀਜਾ ਲੱਗਦਾ ਨਹੀਂ ਕਰਦਾ ਨਹੀਂ ਜਾਣ ਨੂੰ ਲੱਗਦਾ ਨਹੀਂ ਇੱਥੇ ਮੰਜਾ ਬਿਸਤਰਾ ਲਵਾ ਦਿੰਦੇ ਹਾਂ ਤਰਾ ਚੱਲ ਹੁਣ ਤਿੰਨ ਦੇ ਨਾਲ ਜਾਵਾਂਗੇ ਜਾਣਾ ਪਊਗਾ ਜਾਣਾ ਪਰ ਫਿਰ ਇੱਕ ਗੱਲ ਵੀ ਆ ਜਿੱਤ ਕੇ ਚੱਲੇ ਆ ਹਾਂ ਜੀ ਜਿੱਤ ਕੇ ਉਹ ਐ ਪੁੱਛਦੇ ਹੁੰਦੇ ਸੀ ਜਦੋਂ ਕੋਈ ਆਉਂਦਾ ਸੀ ਪਿੰਡੋਂ ਯਾਰ ਮੋਦੀ ਮੰਨੂ ਕਿ ਨਹੀਂ ਪੁੱਛਦੇ ਹੁੰਦੇ ਸੀ ਹਾਂ ਹਾਂ ਪੂਰਾ ਫਿਰ ਕੀ ਤੁਸੀਂ ਕੀ ਕਹਿੰਦੇ ਹੁੰਦੇ ਸੀ ਤਾਂ ਮਨਾ ਕੇ ਛੱਡਾਂਗੇ ਹਾਏ 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 ਹੁਣ ਮੰਨ ਗਿਆ ਹੁਣ ਜਾ ਹੁਣ ਫੇਰ ਕਹਿਣੇ ਜਾਣ ਨੂੰ ਜੀ ਨਹੀਂ ਕਰਦਾ ਉਹ ਹੁਣ ਤਾਂ ਫਿਰ ਹੌਲੀ ਹੌਲੀ ਉਹ ਪਿੰਡ ਜਿਵੇਂ ਪਿੰਡ ਬਣ ਜਾਂਦਾ ਹੈ ਹੌਲੀ ਹੌਲੀ ਕਿਤੇ ਮੋਦੀ ਜੀ ਕਹਣਾ ਕਹਦੇ ਮੈਂ ਤਾਂ ਐਵੇਂ ਮਾਫ ਕਰਤੇ ਤਾਂ ਫਿਰ ਵੀ ਨਹੀਂ ਜਾਂਦੇ ਹੁਣ ਤਾਂ ਕਰਨਾ ਪਊ ਅੱਛਾ ਅੱਛਾ ਇੱਕ ਗੱਲ ਹੋਰ ਦੱਸਿਓ ਆਪਾਂ ਇੱਥੇ ਖੜੇ ਆ ਹੁਣ ਇੱਥੇ ਗੱਲਾਂ ਚੱਲਦੀਆਂ ਹੁੰਦੀਆਂ ਜਦੋਂ ਬਿਰਦੇ ਕਿ ਕਹਿੰਦੇ ਯਾਰ ਸਾਡਾ ਫਿਰ ਉਹੀ ਨਾ ਹਾਲ ਹੋ ਜਾਵੇ ਵੀ ਅਸੀਂ ਉਹੀ ਡੰਡਿਆਂ ਦੇ ਵਿੱਚ ਝੰਡੇ ਫਿਰ ਪਾਰਟੀਆਂ ਦੇ ਪਾਲੀਏ ਉਹਦੀ ਜਿੰਦਾਬਾਦ ਕਿਉਂਕਿ ਸਾਨੂੰ ਏਕਾ ਦਿੱਤਾ ਇਸ ਅੰਦੋਲਨ ਨੇ ਫਿਰ ਉਹੀ ਕੰਮ ਨਾ ਹੋ ਜਾਏ ਇਹੋ ਜਿਹਾ ਕੁਛ ਤਾਂ ਨਹੀਂ ਹੁੰਦਾ ਕੋਈ ਕਰੀ ਜਾਵੇ ਨਾ ਕਰੀ ਜਾਵੇ ਅਸੀਂ ਕਿਸਾਨੀ ਦਾ ਝੰਡਾ ਰੱਖਾਂਗੇ ਕਿਸੇ ਪਾਰਟੀ ਨਾਲ ਨਹੀਂ ਦੱਸਦੇ ਕਿਸੇ ਪਾਰਟੀ ਦੇ ਝੰਡੇ ਹਾਂ ਜਮਾ ਹੇਠਣੇ ਏਕਾ ਤਾਂ ਇਵੇਂ ਰੱਖਣਾ ਇਹ ਤਾਂ ਇੱਕ ਲੜਾਈ ਆ ਜੇ ਲੜਾਈ ਸਾਨੂੰ ਹੁਣ ਪਤਾ ਲੱਗਿਆ ਵੀ ਕਿਸਾਨੀ ਕੀ ਹੁੰਦੀ ਹੈ ਜਾਂ ਦੂਜੀਆਂ ਪਾਰਟੀਆਂ ਕੀ ਹੁੰਦੀਆਂ ਠੀਕ ਹੈ 70 ਸਾਲ ਹੋ ਗਏ ਉਹਨਾਂ ਨੂੰ ਵੋਟਾਂ ਪਾਉਂਦੇ ਨੂੰ ਕੁਛ ਨਹੀਂ ਹੋਇਆ ਠੀਕ ਹੈ ਅੱਜ ਆਪਦੇ ਅਸੀਂ ਆਪਦੇ ਡੰਡੇ ਨਾਲ ਹਾਂਜੀ ਇਹ ਤਾਂ ਹੁਣ ਪਤਾ ਲੱਗਿਆ ਵੀ ਸਾਲ ਭਰ ਚ ਕਿੱਡਾ ਮੋਰਚੇ ਚੱਲਿਆ ਤੇ ਬਾਈ ਦਾ ਕਹਿਣਾ 70 ਸਾਲ ਹੋ ਗਏ ਸਾਨੂੰ ਕੱਖ ਨਹੀਂ ਦਿੱਤਾ ਕਿਸੇ ਨੇ ਹੁਣ ਕਿਸਾਨ ਸਾਰੇ ਇੱਕ ਤੋਂ ਹੀ ਰੋਲ ਆ ਜੇ ਕੋਈ ਪੁਰਾਣੇ MLA ਆਇਆ ਉਹਨੂੰ ਐਂ ਵੀ ਪੁੱਛਾਂ ਪਹਿਲਾਂ ਕੀ ਦਿੱਤਾ ਸੀ ਹੁਣ ਕੀ ਦੇਉਂਗੇ 15 ਤਰੀਕ ਨੂੰ ਮੀਟਿੰਗ ਹੈ ਸਾਡੀ ਜਥੇਬੰਦੀ ਟਿਕਾਉਂਦਾ ਦੀ ਚੰਨੀ ਚੁੰਨੀ ਦੇ ਕੋਠੀ ਦੇ ਬਾਹਰ ਕੇ ਵੀ ਧਰਨਾ ਲਾਵਾਂ ਮੀਟਿੰਗ ਕਰਕੇ ਹਾਂ ਸੋ ਹੌਸਲੇ ਦੇਖ ਸਕਦੇ ਹੋ ਇੱਧਰ ਕਾਫਲੇ ਬਣਨੇ ਸ਼ੁਰੂ ਹੋ ਗਏ ਆ ਸਮਾਂ ਆ ਕਿ ਸ਼ੁਰੂਆਤ ਜਿਹੜੀ ਹੈਗੀ ਆ ਹੋ ਜਾਣੀਆਂ ਪਿੰਡਾਂ ਵੱਲ ਚਾਲੇ ਪੈ ਜਾਣੇ ਆ ਲਓ ਜੀ ਛੋਟਾ ਬੱਚਾ ਖੜਾ ਬਈ ਕੀ ਹਾਲ ਚਾਲ ਆ ਤੇਰੇ ਠੀਕ ਹੈ ਬਈ ਕਿੱਦੇ ਆਇਆ ਸੀ ਮੈਂ ਪਹਿਲਾਂ ਆ ਗਿਆ ਸੀ 26 ਜਨਵਰੀ ਨੂੰ ਤੋਂ 26 ਨਵੰਬਰ ਨੂੰ ਤੇ ਹੁਣ ਹੁਣ ਆਇਆਗਾ ਹੁਣ ਫਿਰ ਜਿੱਤ ਕੇ ਚੱਲੇ ਹਾਂ ਹਾਂ ਜਿੱਤ ਕੇ ਚੱਲੇ ਹਾਂ ਅੱਛਾ ਲੱਗਦਾ ਸੀ ਵੀ ਜਿੱਤ ਜਾਾਂਗੇ ਹਾਂ ਲੱਗਦਾ ਸੀ ਲੱਗਦਾ ਸੀ ਮਾਹੌਲ ਕਿਵੇਂ ਲੱਗਦਾ ਹੁਣ ਜੀ ਪਹਿਲਾਂ ਇਹ ਦੱਸ 26 ਨੂੰ 3 ਵਾਰੀ ਤੂੰ ਆ ਗਿਆ ਹੁਣ ਫੇਰ ਤੇਰਾ ਜੀ ਕਰਿਆ ਫੇਰ ਕਿੱਥੇ ਆਏਗਾ ਹੁਣ ਫੇਰ ਹੁਣ ਤਾਂ ਇਹ ਲੱਗਦਾ ਵੀ ਹੁਣ ਜਾਣਾ ਪਊਗਾ ਹਾਏ 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 ਲੱਗਦਾ ਜੀ ਤਾਂ ਨਹੀਂ ਕਰਦਾ ਸੱਚੀ ਦੱਸੀ ਐਦੂ ਆ ਤਾਂ ਚੰਡੀਗੜ੍ਹ ਜਾਵਾਂਗੇ ਫਿਰ ਤਾਂ ਧਰਨਾ ਲਾਉਣਾ ਹਾਏ ਹਾਏ ਹੌਸਲਾ ਹੁਣ ਪੂਰਾ ਫਿਰ ਲਾਏ ਹੈ ਹਾਂ ਡਾਂਗਾਂ ਡੂੰਗੋਂ ਹੀ ਪਾ ਜਾਂਦੇ ਹੁੰਦੇ ਆ ਹੋਰ ਕਰਨਿਆਂ ਤੇ ਐਂ ਕੀ ਹੁੰਦਾ ਫਿਰ ਐਂ ਕੀ ਹੁੰਦਾ ਕਿ ਐ ਚੁੱਚ ਕੱਢ ਲੇਗਾ ਝੰਡਾ ਹੋਰ ਹੈ ਇਹਨੂੰ ਝੰਡੇ ਨੂੰ ਮੰਨ ਲਾਗੇ ਲੋ ਹਾਏ ਹਾਏ ਕੀ ਬਾਤ ਹੈ ਲੈ ਦੇਖ ਯਾਰ ਮਨਿੰਦਰ ਜਜ਼ਬੇ ਦੇਖ ਇਹਨਾਂ ਬੱਚਿਆਂ ਦੇ ਛੋਟੇ ਛੋਟਿਆਂ ਦੇ ਜਿਹੜੇ ਅੱਜ ਕਹਿੰਦੇ ਆ ਕਿ ਹਲੇ ਅਸੀਂ ਅਗਲੇ ਧਰਨੇ ਲਾਉਣ ਜਿਹੜੇ ਚਾਹੇ ਚੰਡੀਗੜ੍ਹ ਲੱਗੇ ਕਿੱਥੇ ਲੱਗੇ ਉਹ ਚੀਜ਼ਾਂ ਦੇ ਲਈ ਅਸੀਂ ਜਿਹੜੇ ਹੈਗੇ ਆ ਸਾਨੂੰ ਕਬੂਲ ਆ ਜੀ ਜੀ ਆ ਕੀ ਕਹੋਗੇ ਬਾਪੂ ਜੀ ਅੱਜ ਬਜ਼ੁਰਗੋ ਸਾਡੀ ਜਿਹੜੀ ਜਿੱਤ ਹੋਈ ਆ ਅਸੀਂ ਅੱਜ ਵਾਪਸੀ ਜਿਹੜੀ ਹੈਗੀ ਆ ਕਰੀ ਆ ਵਾਪਸ ਚੱਲੇ ਆ ਵੱਡੀ ਗੱਲ ਆ ਜਿੱਤ ਕੇ ਚੱਲੇ ਆ ਜਿਵੇਂ ਡੋਲੀ ਵਾਲੀ ਕਾਰ ਸ਼ਿੰਗਾਰੀ ਹੁੰਦੀ ਆ ਟਰੈਕਟਰ ਸ਼ਿੰਗਾਰੇ ਆ ਸਾਡੇ ਪਹਿਲਾਂ ਤਾਂ ਸਾਰੇ ਦੇਸ਼ ਵਾਸੀਆਂ ਨੂੰ ਇਸ ਗੱਲ ਦੀ ਵਧਾਈ ਦਿੰਦੇ ਆ ਪਰ ਹੁਣ ਜਦੋਂ ਅਸੀਂ ਉੱਥੋਂ ਚੱਲੇ ਆ ਜਿਹੜੇ ਇੱਥੇ ਸਾਡੇ ਕੋਲ ਰੋਜ਼ ਲੰਗਰ ਰੋਟੀਆਂ ਛਕਦੇ ਤੇ ਰੋਂਦਿਆਂ ਨੂੰ ਛੱਡ ਕੇ ਆਏ ਆਪਦਾ ਪਰਿਵਾਰ ਵੀ ਨਹੀਂ ਇਸ ਲੋਟ ਰੋਂਦਾ ਜਿਵੇਂ ਉਹਨਾਂ ਨੂੰ ਛੱਡ ਕੇ ਆਏ ਸੀ ਰੋਂਦਿਆਂ ਨੂੰ ਉਹ ਕਹਿੰਦੇ ਸਾਡਾ ਤਾਂ ਇਹ ਸਾਡੇ ਭਾਰਤ ਦਾ ਇਹ ਸ਼ਹਿਰ ਉੱਜੜ ਗਿਆ ਇੱਥੇ ਤੋਂ ਕਹਿੰਦੇ ਨੇ ਪੰਜਾਬ ਸੀ ਨਾ ਵਸਾਇਆ ਹਾਂ ਬਹੁਤ ਤਕੜੀ ਮਤਲਬ ਇਹੋ ਜਿਹਾ ਅੱਜ ਤੱਕ ਨਾ ਤਾਂ ਮੇਰੇ ਹਿਸਾਬ ਨਾਲ ਹੋਇਆ ਨਾ ਹੋਣਾ ਤੇ ਹੁਣ ਦੇਖੋ ਅੱਗੇ ਕੀ ਬਣਦਾ ਹੁਣ ਚੰਡੀਗੜ੍ਹ ਦੀ ਜਥੇ ਤਿਆਰੀ ਹੈ ਉੱਥੇ ਪੰਜਾਬ ਸਰਕਾਰ ਨਾਲ ਟੱਕਰ ਲੈਣੀ ਹੈ ਤੇ ਹੁਣ ਕੱਲ ਅਸੀਂ ਵੀਡੀਓ ਦੇਖੀ ਜਾਂਦੇ ਆ ਇੱਕ ਕੁੜੀਆਂ ਮਾਨਸਾ ਦੇ ਵਿੱਚ ਹੋਇਆ ਜੀ ਇੱਕ DSP ਨੇ ਜਿਵੇਂ ਐਉਂ ਕਹਿ ਲਈਏ ਸ਼ਾਇਦ ਜਿਵੇਂ ਡੰਗਰ ਡਾਕਟਰ ਡੰਗਰਾਂ ਨੂੰ ਕੁੱਟਦੇ ਹੁੰਦੇ ਉਹ ਹਾਲ ਕੀਤਾ ਉਹ ਇੱਕ ਤਰ੍ਹਾਂ ਦਾ ਉਹਨੂੰ ਇਨਸਾਨ ਨਹੀਂ ਕਹਿੰਦੇ ਉਹ ਤੋਂ ਕੁੱਤਿਆਂ ਬਿੱਲਿਆਂ ਵਰਗਾ ਹੀ ਬੰਦਾ ਇਹੋ ਜਿਹੜਾ ਇਸ ਲੋਟ ਕੁੱਟ ਰਿਹਾ ਉਹੋ ਜਿਹੇ ਬੰਦੇ ਨੂੰ ਸਬਕ ਸਿਖਾਵਾਂਗੇ ਜਾ ਕੇ ਉਹਨਾਂ ਨੂੰ ਦੱਸਾਂਗੇ ਵੀ ਐਂ ਬਗਾਨੇ ਪੁੱਤਾਂ 'ਤੇ ਜਾਂ ਬਗਾਨੀਆਂ ਧੀਆਂ 'ਤੇ ਡਾਂਗ 'ਚ ਚਲਾਉਣੀ ਚਾਹੇ ਪੈਂਦੀ ਹੈ
ਤੇ ਆਪਦੇ ਤਾਂ ਮੇਰਾ ਖਿਆਲ ਹੋਣੀ ਨਹੀਂ ਕੋਈ ਧੀ ਜਿਹੜੇ ਨੇ ਐਸਲੂਟ ਉਹ ਧੀਆਂ ਤੇ ਡਾਂਗਾਂ ਚਲਾਈਆਂ ਨੇ ਬਹੁਤ ਬੇਸ਼ਰਮ ਬੰਦਾ ਸਰਕਾਰ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਉਹਨੂੰ ਉੱਥੋਂ ਨੌਕਰੀ ਤੋਂ ਲਾ ਕੇ ਜੇਲ੍ਹ 'ਚ ਸਿੱਟਣਾ ਚਾਹੀਦਾ ਇਹੋ ਜਿਹੇ ਅਫਸਰ ਨੂੰ ਜਿਹੜੇ ਨੂੰ ਆਪਦੀ ਜ਼ਿੰਮੇਵਾਰੀ ਹੀ ਨਹੀਂ ਪਤਾ ਇਹ ਕੋਈ ਮੰਤਰੀਆਂ ਦੀ ਸੁਰੱਖਿਆ ਵਾਸਤੇ ਨਹੀਂ ਲਾਏ ਸਾਡੀਆਂ ਜੇਬਾਂ 'ਚ ਉਹਨਾਂ ਨੂੰ ਤਨਖਾਹਾਂ ਜਾਂਦੀਆਂ ਨੇ ਤੇ ਸਾਡੀ ਸੁਰੱਖਿਆ ਵਾਸਤੇ ਨੇ ਸਾਡੇ ਤੇ ਇਹ ਡਾਂਗ ਫੇਰਦੇ ਨੇ ਇਹ ਚੀਜ਼ ਬਿਲਕੁਲ ਬਿਲਕੁਲ ਸੋ ਇੱਕ ਨਾਰਾ ਹੋ ਜਾਵੇ ਫਿਰ ਕਿਸਾਨ ਮਜ਼ਦੂਰ ਏਕਤਾ ਦਾ ਕਿਸਾਨ ਮਜ਼ਦੂਰ ਏਕਤਾ ਕਿਸਾਨ ਮਜ਼ਦੂਰ ਏਕਤਾ ਜਿਹੜਾ ਤੁਸੀਂ ਦੇਖ ਰਹੇ ਹੋ ਲੰਬੇ ਕਾਫਲੇ ਜੇਕਰ ਮੈਂ ਇੱਧਰ ਦੀ ਗੱਲ ਕਰਾਂ ਤਾਂ ਲੰਬੇ ਕਾਫਲੇ ਨੇ ਜਦੋਂ ਬਾਪੂਆਂ ਦੇ ਨਾਲ ਬਜ਼ੁਰਗਾਂ ਦੇ ਨਾਲ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਜਾਂਦੀ ਆ ਗੱਲਬਾਤ ਹੁੰਦੀ ਆ ਵੇਖੋ ਗੱਲ ਆਖਦੇ ਆ ਕਿ ਸਾਡੀ ਅੱਖ ਜਿਹੜੀ ਆ ਅੱਜ ਨਾਮਾ ਕੋਸ਼ਿਸ਼ ਕਰਾਂਗੇ ਪੂਰੀ ਰਿਪੋਰਟ ਤੁਹਾਨੂੰ ਲਾਈਵ ਦੇਣ ਦੀ ਆਰਐਮਬੀ ਟੈਲੀਵਿਜ਼ਨ ਦੇ ਜ਼ਰੀਏ ਲੋਕ ਆਵਾਜ਼ ਟੀਵੀ ਦੇ ਜ਼ਰੀਏ ਸਾਡੇ ਨਾਲ ਜੁੜੇ ਰਹੋ ਪੂਰੇ ਕਾਫਲੇ ਦੇ ਦਰਸ਼ਨ ਦੀਦਾਰ ਤੁਹਾਨੂੰ ਕਰਵਾਵਾਂਗੇ ਖਾਸ ਕਰਕੇ ਕਾਫਲੇ ਦੇ ਆਖਰੀ ਦਰਸ਼ਨ ਦੀਦਾਰ ਨੇ ਇਤਿਹਾਸਕ ਜਿੱਤ ਹੋਈ ਆ ਇਤਿਹਾਸ ਦੇ ਸੁਨਹਿਰੀ ਪੰਨਿਆਂ ਦੇ ਵਿੱਚ ਇਹ ਚੀਜ਼ ਜਿਹੜੀ ਆ ਲਿਖੀ ਜਾਣੀ ਆ ਹੁਣ ਆਪਣੇ ਦੋਸਤ ਜਸ ਕਰੇ ਬੰਦੇ ਹੋ ਇਜਾਜ਼ਤ ਦੇਖਦੇ ਰਹੋ ਆਰਐਮਬੀ ਟੈਲੀਵਿਜ਼ਨ ਧੰਨਵਾਦ ਜੀ।